நஞ்சி மாலை கண்ணு தக்கு தான் கேப் டக்கரா புண்ணி அழியஸ் கேப் டக்கரா புண் அழியஸ் தான் பிச்சா சட் கரிய டோரஸா கேப் போடி சுடியும் ஆஹா யா யாத் மீ வளையோ பச்சாயாஸ் யா யாத் மீ வளையோ பச்சாயாஸ் இரா போய்சா சா நிதேஸ் கேப் டக்கரா புண் கை உட்டி ஆனி யார் மீ வளையோ அகே டியா கேப் ஆயா அரவா சுட்டுன் கச்சா शीशा क्या चीज दी कुसा बेचारे शीशे ने टाकी लाभी उस कैसे कुसी दा देखना दा अपना मुंह नजरी आना आए मारिया भरा तू कौन वाली मैं जा रही तू ਫਿਰ ਉਹ ਟਾਕੀ ਚ ਜਵਾਬ ਜੋਨ ਫਿਰ ਖਾੜੀ ਆਣਾ ਆਏ ਮਾਰਿਆ ਭਰਾਓ ਤੂੰ ਮੁੰਡਾ ਮੈਂ ਜਾਦੀ ਤੂੰ ਕੌਣ ਵਾਲੀ ਕੁਦਰ ਛਾਪਾ ਨੂੰ ਇਹ ਕੀ ਕਰੇ ਕਰੇ ਇਸ ਤਰ੍ਹਾਂ ਉਹ ਟਾਕੀ ਜੀ ਸੁੰਦਰ ਰਹੀ ਹੈ ਤੇ ਗਾ ਬਜ਼ਾਰਾ ਇੱਕ ਵਾਰ ਸੋਨਾ ਹੋ ਗਿਆ ਪਿੱਛਾ ਉਸਦੀਆਂ ਬੀਵੀਆਂ ਬਖਸ਼ੇ ਲੋੜਨੀ ਉਹਨੇ ਪਰ ਟਾਕੀ ਜੀ ਲਾਭੀ ਉਸ ਆਪਣਾ ਮੂੰਹ ਦਿਸਾ ਦਾ ਆਣੀ ਹੋ ਤਈਆਂ ਜੋ ਮੈਂ ਕਹਿੰਦਾ ਢੁੱਲੋ ਵਾਲਾ ਇਸ ਕੋਈ ਕੁੜੀ ਹੋਰ ਹੋਣੀ ਨਹੀਂ ਬਿਲਕੁਲ ਮੈਂ ਜਾਈਦੀ ਉਹਦਾ ਸ਼ੋਮੀ ਆਇਆ ਹੁੰਦਾ ਤਾਂ ਲੱਗੇ ਆਪੇ ਜੀ ਕੁੱਲੇ ਆਹ ਦੇਖਣੋ ਤੂੰ ਕੋਈ ਹੋਰ ਕੁੜੀ ਆਉਂਦੀ ਨਹੀਂ ਹੋਈ ਬਿਲਕੁਲ ਮੈਂ ਜੇ ਤੋਂ ਹੀ ਤੂੰ ਮੈਂ ਕਹਿੰਦਾ ਘੁੱਲਾਂ ਆ ਗਈ ਉਹ ਮੋਰ ਕੁਦਾ ਗੇਰੇ ਕੁਣਰ ਲੇਟਣ ਸੇ ਉਹਨੇ ਆਵੇ ਕਦੇ ਜੋ ਤੂੰ ਕੁੜੀਆਂ ਕਿਉਂ ਘੁੱਲਿਆ ਉਹਨੇ ਆ ਅੰਮਾ ਜੀ ਤੁਸੀਂ ਨਹੀਂ ਪਤਾ ਇਹਨਾਂ ਗੱਲਾਂ ਨੂੰ ਇਹ ਬੜੀ ਸਿਆਸੀ ਗੱਲਾਂ ਹੀ ਹੋ ਆਹ ਦੇਖੋ ਜੀ ਇਸਕੋ ਹੋਰ ਕੁੜੀ ਆਉਂਦੀ ਨਹੀਂ ਬਿਲਕੁਲ ਮੈਂ ਜੇ ਜੀ ਉਹਨੇ ਆਵੇ ਕੁੜੀਆਂ ਨੂੰ ਜੋ ਕਿ ਮੈਂ ਤੇ ਆਵਾਂ ਮੈਂ ਦੇਖੋ ਉਹ ਮੋਰ ਜਦੋਂ ਆਪਣਾ ਮੂੰਹ ਦਿਸਿਆ ਆਣੀ ਬੜੀ ਅਫਸੋਸ ਨਹੀਂ ਗੱਲ ਹੈ ਮੈਂ ਕਿਸ ਪਿੱਛੇ ਘੁੱਲਿਆ ਹੋ ਜੋ ਮੂੰਹ ਮੁਲਾ ਬੁੱਢੀ ਆ ਉੱਥੇ ਤੁਸੀਂ ਕਿਆ ਵਾਕਈ ਉਹ ਪਾਗਲ ਹੈ ਕੁੜਿਆ ਫਿਰ ਬਈ ਇਹ ਜੀ ਇੱਕ ਦੋ ਗੱਲ ਹੋਰ ਹੋਈ ਅੱਛਾ ਫਿਰ ਕੋਈ ਬੰਦਾ ਓ ਸਾਈ ਜੀ ਓ ਸਾਈ ਜੀ ਡਾਊਟ ਕਿਆ ਯੂ ਆਰ ਬੜੀ ਪੜਕ ਪੜਕ ਅੱਛਾ ਅੱਛਾ ਬੜਾ ਜੀ ਡਾਊਟ ਕਿਆ ਫਿਰ ਕਿਆ ਗੱਲ ਇਹ ਹੈ ਕਿ ਕੋਈ ਬੰਦਾ ਵਿਚਾਰਾ ਬਿੱਲੀ ਮਹਿਲ ਦੀ ਹੋਈ ਉਸ ਤੱਕ ਨਾਵਾ ਨਾ ਵਾਲਾ ਕਾਸ਼ੀਆ ਚ ਕੋਈ ਬੰਦਾ ਸਰਦੀਆਂ ਚ ਸਰਦੀਆਂ ਚ ਨਾਵਾ ਨਾ ਇਸ ਤੱਕ ਗਾਹ ਕੋਈ ਬੰਦਾ ਉਹ ਭਾਈਆ ਉਹ ਕੋ ਤੂੰ ਪਾਗਲ ਤਾਂ ਨਹੀਂ ਹਾਕੀ ਹੋ ਹਵੇ ਠੰਡੇ ਪਾਣੀ ਕੋ ਬਿੱਲੀਆਂ ਨਾਵਾ ਨਹੀਂ ਮਰੀਏ ਸਹੀ ਆਣਾ ਤੂੰ ਆਣਾ ਪਾਗਲ ਦੀ ਸਿਹਤ ਨਾਲ ਸਾ ਜਾਂ ਮੈਂ ਕੋਲ ਤਾਂ ਪੂਰਾ ਮਰਸੀ ਤੂੰ ਜੋੜੀ ਲਾ ਉਹ ਗਾਹ ਲੈ ਬਿੱਲੀਆਂ ਨਾਵਾਈ ਸ਼ਾਵਾਈ ਸਾਬਣ ਸ਼ਾਵਣ ਲਾਏ ਦਾ ਮੁੜੀ ਲਗਾ ਪੀਣ ਨੇ ਬਿੱਲੀਆਂ ਪੀਣ ਸ਼ੁਰੂ ਹੋਏ ਬਿੱਲੀ ਮਰੀ ਗਈ ਉਹ ਮੁੜੀ ਆ ਛੁਪਿਆ ਤੂੰ ਮੈਂ ਆਸਾ ਬਿੱਲੀ ਮਰ ਸਹੀ ਆਣਾ ਆ ਨਹੀਂ ਪਾਉਣੀਆਂ ਕੋਲ ਨਹੀਂ ਮਰੀ ਜੋ ਮੈਂ ਨਚੋੜਨੋ ਸੁਣੇ ਇਸ ਨੂੰ ਧੋਈ ਤਾਂ ਤੋਂ ਮਰੀ ਤਾਂ ਸਾਹ ਨਿਕਲੀ ਸਭ ਪੀਣੀਆਂ ਮਰੀ ਗਈ ਫਿਰ ਕੋਈ ਤਰਾ ਆਦਮੀ ਕੋਈ ਚੀੜ ਕਾਪਣੇ ਹੋਏ ਦੇ ਇੱਕ ਉਹਨੇ ਚਾ ਕੋਈ ਪਾਗਲ ਵਾਦਾ ਉਹ ਚੀੜ ਕੋਈ ਫਿੱਡੀ ਜੀ ਹੋਏ ਤਾਂ ਜੀ ਯਾਰ ਕੁਤਾ ਉਸ ਪਾਸੇ ਉਹ ਖਲਤ ਰਹੇ ਆ ਭਾਈਆ ਤੂੰ ਅੱਗੇ ਆਇਆ ਤੂੰ ਚੀੜ ਡਿੰਗੀ ਜੀ ਦੀ ਰਹਿਣ ਮੈਂ ਕਾਪਣੇ ਤੂੰ ਵਾ ਗੱਛੀ ਲਗਾ ਆ ਨਾ 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 ਮੈਂ ਆਲਾਣਾ ਭਰ ਸਾ ਮੈਂ ਨਾ ਸਾ ਗਿਆ ਐਟ ਨੂੰ ਉਹਨੇ ਆਵੇ ਚੀੜ ਫਿੱਡੀ ਤੂੰ ਅੱਗੇ ਐਟ ਤੂੰ ਵਾ ਸੀ ਆ ਨਾ ਮੈਂ ਆਲਾਣਾ ਭਰ ਸਾ ਮੈਂ ਨਾ ਸੱਟ ਨੂੰ ਚੀੜ ਕਾਪਣੇ ਕਾਪਣੇ ਜਿਹੜਾ ਉਸੇ ਵਾ ਤੁਰੀ ਨਾ ਉਸਦਾ ਨਸਿਆ ਪਈਆ ਗਾਛੀ ਟਾਕਰ ਪਹੁੰਚਿਆ ਸਾਹ ਫੂਕੀ ਚੜੀ ਨਹੀਂ ਆਉਣਾ ਤੋਬਾ 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 ਕਰ ਆਪ ਹੀ ਨਸੀ ਦਾ ਜੋਨ ਬਚਾ ਅੱਲਾ ਨੇ ਭਾਰਤ ਸਰ ਉਹਨਾਂ ਲੱਗ ਗਈ ਆਸ ਹਾਂਜੀ ਹਾਂਜੀ ਬੰਦੇ ਵੀ ਸੀ ਫਿਰ ਕੋਈ ਭਾਈ ਸਾਹ ਉਹ ਬੜਾ ਮਾਲਦਾਰ ਵਾਗਾ ਉਹਨੇ ਆਹ ਵਾ ਗੱਲ ਇਹ ਕਿ ਜਿਹੜੀ ਜਨਾਨੀ ਚੁੱਲ੍ਹਾ ਬਣਾ ਸਕਣੀ ਉਸ ਕੋਲ ਮੈਂ ਸ਼ਾਦੀ ਕਰਸੋਂ ਜਨਾਨੀ ਉਹ ਕਾਫੀ ਤਿਆਰ ਹੋਈ ਉਹਨੇ ਆਹ ਵੇ ਬੰਦਾ ਮਾਲਦਾਰ ਦਾ ਤਾਂ ਮੁਫਤ ਰੋਟੀਆਂ ਲੱਭਣੀ ਹੋ ਰਹੀਆਂ ਇੱਕ ਆਹ ਮੈਂ ਚੁੱਲ੍ਹਾ ਬਣਾਉਣਾ ਚਾਹੁੰਦੀ ਉਹਨੇ ਉਸ ਕੋਲ ਸ਼ਾਦੀ ਕੀਤੀ ਉਸ ਕਹਿੰਦਾ ਬਣਾ ਚੁੱਲ੍ਹਾ ਉਹ ਚੁੱਲ੍ਹਾ ਉਹਨੇ ਬਣਿਆ 19 ਲੱਖ ਦੇ ਛੁੜੀ ਉਸ ਦੂਈ ਹੋਈ ਉਹਨੇ ਆ ਤੂੰ ਚੁੱਲ੍ਹਾ ਬਣਾ ਉਹਨੇ ਵੀ ਚੁੱਲ੍ਹਾ ਨਾ ਬਣੇ ਸੂਨੀ ਵੀ ਤਲਾਕ ਉਸ ਕਿਹਾ ਵੀ ਤਲਾਕ ਦੇ ਛੁੜੀ ਕਰਦੇ 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 ਉਸ 10 ਜਨਾਨੀਆਂ ਆਉਂਦੀਆਂ ਦਸਵੀਂ ਚੁੱਲ੍ਹਾ ਤਿਆਰ ਕੀਤਾ ਉਹਨੇ ਆਹ ਤੱਕ ਮੈਂ ਚੁੱਲ੍ਹਾ ਤਿਆਰ ਕੀਤਾ ਕਿ ਨਹੀਂ ਉਹਨੇ ਆਹ ਵਾਹ ਵਾਹ ਚੁੱਲ੍ਹਾ ਤਾਂ ਤੂੰ ਬਹੁਤ ਅੱਛਾ ਬਣਾਇਆ ਮਗਰ ਦੂਈ ਅਗਲੀ ਗੱਲ ਮਾਰੇ ਕੋਲ ਸੋਨਾ ਹਾਂ ਕਿਹੜੀ ਉਹਨੇ ਆ ਦਾੜੀ ਮੇਰੀ ਦਾੜੂ ਕਲੀ ਤਾਂ ਦਾੜੀ ਮੇਰੀ ਹੈ ਸੱਸਵੀਂ ਨੌ ਇਸ ਤੋਂ ਪਿੱਛੇ ਮੈਂ ਛੋੜੀਆਂ ਤਾਂ ਹੁਣ ਮੈਂ ਤੂੰ ਆਉਂਦੀ ਹੈ ਦਸਵੀਂ ਤਾਂ ਤੂੰ ਵੀ ਨਾ ਚੁੱਲ੍ਹਾ ਬਣਾਉਣ ਦਾ ਕਾ ਫਾਇਦਾ ਉਹਨੇ ਆ ਕਾ ਆਖੇ ਮੈਂ ਕਿਹਾ ਦੁਬਾਰਾ ਸੁਣਾਵਾਂ ਆਹ ਦਾੜੀ ਮੇਰੀ ਦਾੜੂ ਕਲੀ ਤਾਂ ਦਾੜੀ ਮੇਰੀ ਹੈ ਸੱਸਵੀਂ
ਨੌ ਇਸ ਤੋਂ ਪਿੱਛੇ ਮੈਂ ਛੋੜੀਆਂ ਤਾਂ ਹੁਣ ਮੈਂ ਤੂੰ ਆਉਂਦੀ ਹੈ ਦਸਵੀਂ, ਉਹ ਆਣੀ ਹੁਣ ਮਾੜੀ ਗੱਲ ਬੁੱਝ ਆਹਾ ਕਿਹੜੀ ਉਹਨੇ ਆ ਚੁੱਲ੍ਹਾ ਮੇਰਾ ਚੁੱਲ੍ਹਾ ਦਾ ਚੁੱਲ੍ਹਾ ਮੇਰਾ ਤੇ ਫੇਰ ਮੋ ਬਾਹਰੋਂ ਇਸ ਤੋਂ ਪਿੱਛੇ ਮੈਂ ਹੀ ਛੋੜੇ ਦਾ ਹੁੰਦੀ ਤੂੰ ਤੇਰ ਮੋ ਫਿਰ ਉਹ ਪਈਆ ਬੜਾ ਮਜ਼ਾਕ ਹਿੱਸਾ ਉਹ ਪਹਿਲ ਕੇ ਜ਼ਮਾਨੇ ਲੋਕ ਬੂਟੇ ਛੂਟੇ ਰੱਖੇ ਨਾ ਉਸੇ ਪਲਾਰ ਸ਼ਲਾਰ ਦਿੱਤੇ ਨਾ ਉਸ ਪਲਾਰ ਸ਼ਲਾਰ ਦਿੱਤੇ ਨਾ ਉਹਨੇ ਸਿਣੀ ਤਾਂ ਬੂਟੇ ਰੱਖੇ ਨਾ ਉਸ ਲੋਕ ਉਹ ਪਾਈਆ ਕੋ ਤਾਂ ਚੜੀਆ ਫਵਾੜੀਆ ਉੱਪਰ ਦਾ ਪਲਾਰ ਪਾਟੀ ਦਾ ਉੱਪਰ ਫਵਾੜੇ ਖਾਣੋ ਬਾਅਦ ਜਿਹੜੀ ਜ਼ਿਆਦਾ ਫਵਾੜੀ ਫੈਲੀ ਨਹੀਂ ਹੋਣੀ ਉਹ ਜ਼ਿਆਦਾ ਤਰੱਕੀ ਨਹੀਂ ਹੋਣੀ ਉਹ 5-10 ਫਵਾੜੇ ਤਰੱਕੇ ਨੇ ਵਿੱਚ ਕੋਈ 1-2 ਸਹੀ ਹੋਣੇ ਉਹ ਕੋਈ ਫਵਾੜੇ ਖਾਣੋ ਬਾਅਦ ਨਿੱਕਾ ਜੰਗਲ ਕੋਲ ਬਾਹਰ ਨਿਕਲੀ ਆਉਣੀ ਆ ਅੰਮੀ ਅੰਮੀ ਹਾਂਜੀ ਆਹ ਪਲਾਰ ਪੱਟੀਆ ਕੋ ਫਵਾੜੀਆ ਚੜੀ ਫਵਾੜੇ ਖਾਣਾ ਆ ਉਹ ਇੱਕਦਮ ਦਰਜਾ ਬਾਹਰ ਨਹੀਂ ਹੋਣੀ ਆ ਭਾਈ ਆ ਕਿਹੜਾ ਹੀ ਕਿਹੜਾ ਤੂੰ ਨਹੀਂ ਪਤਾ ਫਵਾੜੀਆਂ ਉਸੇ ਰੱਖੀ ਨਹੀਂ ਤਾਂ ਤੂੰ ਲੰਘੀ ਪਲਾਰ ਪੱਟੀਆਂ ਚੜੀਆਂ ਉਹ ਬੋਲਿਆ ਹੁਣ ਅਜੇ ਮੈਨੂੰ ਸਭ ਪਤਾ ਫਵਾੜੀ ਦੀ ਤੂੰ ਸਿਰ ਰੱਖੀ ਨਹੀਂ ਬਾਹਰੀ ਦਿਸਾ ਚੰਗੀ ਭਲੀ ਦੇ ਵਿਚਾਂ ਦੀ ਜਾਂ ਰੱਖੀ ਨਹੀਂ ਲਖ ਲਓ ਤੁਹਾਡੇ ਜੁੜਨੇ ਵਾਲੇ ਜਿਸੀ ਤੂੰ ਅੰਦਰ ਰੱਖੀ ਨਹੀਂ ਅੰਦਰਾਂ ਬਾਹਰ ਨੀਤੀ ਆਣੀ ਹਲਕੀ ਕੁੱਤੀ ਡਾਕੀ ਨਹੀਂ ਮੁੜੀ ਨਸੀ ਅੰਦਰ ਹੁਣ ਆਵੇ ਯੋ ਉਹ ਪਾਈਆ ਇਹ ਬੜਾ ਖਤਰਨਾਕ ਹੈ ਇਹ ਤਰ੍ਹਾਂ ਗੱਲਾਂ ਤਾਂ ਬਹੁਤ ਹੀ ਛੋਟੇ ਛੋਟੇ ਲੈਂਦੀ ਫਿਰ ਅੱਠ ਧੜੇ ਪਾਉਣਾ ਵਾ ਤੁਸੀਂ ਗੱਲਾਂ ਨਹੀਂ ਮੁੱਕਣੀਆਂ ਦੂਸਰਾ ਸਾਡੇ ਪਾਸੇ ਇਹ ਪਹਾੜੀ ਜ਼ਬਾਨ ਵੀ ਅੱਜ ਕੱਲ੍ਹ ਤਾਂ ਮੋਬਾਈਲ ਸਿਸਟਮ ਚੱਲੀ ਜਾਣ ਜੀ ਪਹਿਲੇ PTCL ਉਹ ਫੋਨ ਚੱਲੇ ਹੁਣ ਇਸੇ ਘਰ ਵਿੱਚ ਉਹਨੇ ਹਾਂ ਹੈਲੋ ਹੈਲੋ ਅੱਜ ਤੱਕ ਹੈਲੋ ਆ ਨੰਬਰ ਦਿਆ ਜੀ 535 2 ਬਿਲ ਚ ਗੈਂਤੀ ਆ ਤਾਂ ਫਿਰ ਕਰਾਣੇ ਹੀ ਆ ਕਿ ਨੰਬਰ ਹੋਣਾ ਸਾਡੇ ਤੱਕ ਉਹ ਪਾਈਨਟ ਸੱਟਾ ਛੋੜਿਆ ਸਾਰਾ ਸ਼ੁਕਰ ਹੈ ਬੜੀ ਬੋ ਉੱਠਣੀ ਸੀ ਅੰਦਰ ਦਾ ਬਾਹਰ ਦਾ ਸਾਰਾ ਸੌਣ ਗਾ ਯਾਰ ਉਹ ਬੋਲੀ ਨਹੀਂ ਉੱਤੀ ਪਿਓ ਸਾਡੀਆਂ ਤਾਤੀਆਂ ਦਵਾਈਆਂ ਦੇ ਦੇ ਬੋਲੀ ਨਹੀਂ ਕੁੱਚਿਆ ਨਹੀਂ ਗੱਲ ਕਰ ਰਿਹਾ ਹਾਂ ਉਹ ਨਹੀਂ ਬੋਲਣੀ ਯਾਰ ਪਤਾ ਨਹੀਂ ਕਿਆ ਹੋਇਆ ਹਾਂ ਤਾਂ ਟੌਰ ਬੋਲਿਆ ਭੂਈਆਂ ਦੇਖ ਲੈਣਾ ਇਸ ਹਾਂ ਇਹ ਕੌਣ ਸਿੱਧਾ ਇਸ ਤੱਕ ਧਿਆਨ ਹੋ ਯਾਰੋ ਕੀ ਫਿਰ ਡੋਣੀ ਜੇ ਜੁੜੀ ਡੋਵਣੀ ਬਾਹਰ ਪੜੀ ਕੋਈ ਸਮਝ ਨਹੀਂ ਆਣੀ ਡੋਵਾ ਫਿਰਦਾ ਜਾਂ ਕੁੱਤੀ ਫਿਰਦੀ ਕੋਈ ਪਤਾ ਨਹੀਂ ਲੱਗਣਾ ਖਾਸ ਹਾਂ ਸ਼ੁਕਰ ਹੈ ਅੱਲਾ ਨਾ ਸਭ ਠੀਕ ਠਾਕ ਤਾਂ ਗੱਲ ਬੁਝਾ ਮੈਂ ਉਹ ਆਜ਼ਮ ਹੁਣ ਬੋਲਿਆ ਤਾਂ ਬਖਸ਼ੀ ਮਾਵਲੀ ਕਿਉਂ ਕੌਣ ਕਰ ਪਾਈ ਨਹੀਂ ਆ ਜੋ ਕੌਮ ਆਇੰਦਾ ਨਾ ਕਰਿਆ ਅਸਲਾਮ ਵਾਲੇਕੁਮ ਇਹ ਮੇਰੇ ਛੋਟੀਆਂ ਛੋਟੀਆਂ ਲੱਦੀ ਹੋ ਹਾਂ ਤੁਸੀਂ ਬੇਨਜ਼ੀਰ ਨੇ ਤੁਸੀਂ ਬੁਝਣਾ ਇਹ ਬੇਨਜ਼ੀਰ ਇਹ ਜਿਹੜਾ ਸ਼ੁਰੂ ਬੇਨਜ਼ੀਰ ਆਈ ਸੀ ਨਾ ਸ਼ੁਰੂ ਸਟਾਰਟਿੰਗ ਬੇਨਜ਼ੀਰ ਨਹੀਂ ਹੁਕਮ ਆਈ ਸੀ ਉਸ ਵਕਤ ਪੜਿਆ ਸਾ ਕਿ 21 ਮਈ ਨੂੰ ਮਈ ਜੂਨ ਜੁਲਾਈ ਮਹੀਨੇ ਹੋਣੇ ਆ ਜਿਸ ਤਰ੍ਹਾਂ ਉਹ ਸਾਡੇ ਮੰਗੂਰ ਪੋ ਮੋਹੇ ਹੋ ਹੈ ਇਸੀ ਕੇ ਨਾਲ ਮਈ ਜੂਨ ਜੁਲਾਈ ਅਗਸਤ ਦਸੰਬਰ ਜਿਸ ਕਿਆ ਮਤਲਬ ਮਹੀਨੇ ਹੋਣੇ ਤੋ ਉਸ ਕੇ ਆਨੇ ਕਿ 21 ਮਈ ਨੂੰ PPI ਜਟਲ ਮੈਨੂੰ ਤਰਤ ਦੇਖਾਈ ਸਿਰ ਤੇ ਬੋਧੀ ਗਲ ਵਿੱਚ ਟਾਈ ਦਾੜੀ ਮੂਛ ਸਭ ਕੁਝ ਸਫਾਈ ਲੱਭ ਕੇ ਰਿਸ਼ਵਤ ਦੱਬ ਕੇ ਖਾਈ ਨਾਲੇ ਚਰਸ ਸ਼ਰਾਬ ਚਲਾਈ ਗਰੀਬਾਂ ਉੱਤੇ ਜ਼ੁਲਮ ਕਮਾਈ ਦੇਖੋ ਲੋਕੋ PPI ਲੁੱਚਾ ਬੁੱਚਾ ਬਣ ਗਿਆ DC ਹੁਣ ਦੁਨੀਆਂ ਤੇ ਕੋਈ ਕੋਈ GC ਗਰੀਬਾਂ ਰੋੜੋ ਪਾਈ ਤਵਾਈ ਸਾੜੀ ਹੁਣ ਕਿਉਂ ਮੋਤਾਈ ਦੇਖੋ ਲੋਕੋ PPI ਮਰਦੇ ਪੈਣੀ ਪੈਂਟ ਟਾਈ ਕੁੜੀਆਂ ਗਲ ਵਿੱਚ ਚਾਦਰ ਪਾਈ ਨਾਲੇ ਸੁਰਖੀ ਪਾਊਡਰ ਲਾਈ ਬਾਹਰੋਂ ਚਮਕ ਵਿੱਚੋਂ ਸਿਆਹੀ ਦੇਖੋ ਲੋਕੋ PPI ਉੱਚੇ ਕੋਠੇ ਉੱਚੇ ਸਰਾਈ ਲੰਬੇ ਰਾਦੇ ਲੰਬੀਆਂ ਸਲਾਈ ਬਾਲ ਲੋਕ ਬੁਰੀਆਂ ਬੁਲਾਈ ਵੇਚਣ ਕੁੜੀਆਂ ਇਹਨਾਂ ਨੂੰ ਗਈ ਖਾਵਣ ਦੁੱਧ ਤਰ ਦੇਵਣ ਦਵਾਈ ਇਹ ਸਾਜੀ ਪੀਪਲ ਪਾਰਟੀ ਨੇ ਬਾਰੇ ਵਿੱਚ ਦੂਸਰਾ ਹਵਾਈ ਖਬਰਾਂ ਜਿਹੜੀਆਂ ਉਹ ਹੈ ਕਿ ਸੂਈ ਤਵਾਈ ਹੈ ਸੂਈ ਤਾਂ ਆ ਕੇ ਸ਼ੁਰੂ ਤਾਂ ਵਾਲੀ ਹੈ ਕਿ ਜਬ ਹਮ ਲੋੜ ਸੇ ਗਾੜੀ ਪਰ ਚਲਾ ਪਿੰਡੀਓ ਨਹੀਂ ਬੁਨ ਖਤੇ ਸ਼੍ਰੀ ਮੇਰੀ ਕਾ ਗੋਸ਼ ਖਾ ਟੱਕਰ ਲਗੀ ਬੁਥੜ ਭੱਜੀ ਆ 3420 ਹਰੌਣ ਪਰੇਸ਼ੋਨ ਰੋਡ ਰਾਉਲ ਪਿੰਡੀ ਪਾਸਾ ਪੂਸਾ ਮੰਡੀ ਸਦਰ ਬਰਾਸ ਖਾਸ ਰੋਟੀ ਦੀ ਦੁਕਾਨ ਜ਼ਿਲ੍ਹਾ ਜਲੰਧਰ ਡਾਖਣ ਅੰਦਰ ਤਹਿਸੀਲ 6 ਮਈ ਜਗ੍ਹਾ ਹੈ ਕੋਈ ਨਹੀਂ ਮਾਰ ਜਦੋਂ ਚਿੱਠੀ ਆਈ ਭੈਣ ਚੋਂ ਲਈ ਕੋਈ ਨਹੀਂ ਸਰਦਾਰ ਸਾਹਿਬ ਅਟਮਾਨ ਖੋਣ ਕੋ ਮਿਲੇ ਜ਼ਿਲ੍ਹਾ ਆਸਮਾਨ ਤਹਿਸੀਲ ਅਗਲਾ ਜਾਣ ਬਾ ਮੁਕਾਮ ਕਬਰਸਤਾਨ ਮੁਰਦਾ ਨੰਬਰ 242 ਇਹ ਖਬਰੇ ਆਪ ਰੇਡੀਓ ਕਬਰਸਤਾਨ ਸੇ ਸੁਣ ਰਹੇ ਹੈਂ ਆਜ ਦਿੱਲੀ ਕੇ ਨਮਨਗਾਰ ਨੇ ਬਤਾਇਆ ਕਿ ਹਮਾਰੇ ਕਬਰੋਂ ਕੇ ਉੱਪਰ ਸੇ ਬਿਜਲੀ ਕੀ ਤਾਰੇ ਜਾ ਰਹੀ ਹੈ ਔਰ ਹਮਾਰੀ ਕਬਰੋਂ ਮੇਂ ਇਸ ਵਕਤ ਤੱਕ ਏਅਰ ਕੰਡੀਸ਼ਨ ਔਰ ਬਿਜਲੀ ਨਹੀਂ ਆਈ ਹੈ ਅਗਰ ਆਇੰਦਾ ਹਮਾਰੀ ਕਬਰੋਂ ਮੇਂ ਬਿਜਲੀ ਨਾ ਆਈ ਤੋ ਹਮ ਆਇੰਦਾ ਮਰਨਾ ਹੀ ਛੋੜ ਦੇਂਗੇ ਆਜ ਚੂਹੇ ਕੀ ਫਰਿੰਗ ਸੇ 2 ਆਦਮੀ ਹਲਾਕ ਔਰ 3 ਆਦਮੀ ਜ਼ਖਮੀ ਹੋ ਗਏ ਆਜ ਮੱਛਰ ਔਰ ਗੱਦਾ ਕਾ ਮੁਕਾਬਲਾ ਹੋਆ ਇਸਮੇਂ ਗੱਦੇ ਕੇ 6 ਟੋਂਗੇ ਮਾਰਾ ਗਏ ਇਸ ਸਬਤ ਤੱਕ ਜ਼ਮੀਨ ਗੋਲ ਹੈ ਆਜ 2 ਚੂਹੇ 15 ਬੋਰੀਆਂ ਆਟਾ ਲੈ ਕੇ ਨਸ ਗਏ ਔਰ ਸੁਣਿਆ ਕਿ ਅਗਲੀਆਂ ਕਾਸ਼ੀਆਂ ਫਸ ਗਏ ਅੱਜ ਪੜੀ ਬੇਪੜੀ ਤੇਈ ਕੋਲ ਗਏ ਸਾਬੇ ਔਰ ਚੌਣ ਮਾਰੀ ਹਾਫਜ਼ ਬਣ ਗਏ ਸਾਬਾ ਸੁੱਟਣੀ ਦੌੜਿਆ ਆਮੀਆਂ ਗਲੀ 'ਚ ਮੋੜਿਆ
ਐ ਜੇ ਕੋ ਗਾਲੀ ਆਨੀ ਨਿੱਕੀ ਕੁੜੀ ਬਾਲੀ ਆਨੀ ਜੰਗੂ ਤੇ ਫੇਲ ਹੋਇਆ ਪੂਰੇ ਘਰੇ ਤੇਲ ਹੋਇਆ ਆਜ ਖਰਦਾਰ ਵਿੱਚ ਪਰਵੇਸ਼ ਖਾਨ ਸਾਹਿਬ ਕੀ ਦੁਕਾਨ ਪਰ ਆਚਰਨ ਉਤਰਾਕਾ ਹੋਇਆ ਮਨੋ ਫਟਨੇ ਸੇ ਦੋ ਆਦਮੀ ਹਲਾਕ ਔਰ ਤਿੰਨ ਆਦਮੀ ਜ਼ਖਮੀ ਹੋ ਗਏ ਔਰ ਪਰਵੇਸ਼ ਖਾਨ ਸਾਹਿਬ ਉਲਟਾਮੇ ਮੇਂ ਕਾਮਯਾਬ ਹੋ ਗਏ ਉਸਕੇ ਬਾਅਦ ਪੁਲਿਸ ਇੰਸਪੈਕਟਰ ਜਨਾਬ ਫਾਕਾ ਖਾਨ ਸਾਹਿਬ ਮੌਕੇ ਪਰ ਪਹੁੰਚ ਗਏ ਉਸਕੇ ਬਾਅਦ ਦੋ ਆਦਮੀ ਮੋਟੇ ਮੁਰਗੇ ਪਰ ਬੈਠ ਕੇ ਰਾਵਲਾ ਕੋਟ ਪਹੁੰਚ ਗਏ।